ਨਸ਼ੇ ਦੀ ਲੋਰ ਵਿੱਚ ਆਦਮੀ ਨੂੰ ਹੋਸ਼ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸੇਖਮਾ ਅਧੀਨ ਪੈਂਦੇ ਇੱਕ ਪਿੰਡ ਵਿਖੇ, ਜਿੱਥੇ ਕਿ ਨਸ਼ੇ ਦੇ ਆਦੀ ਇੱਕ ਨੌਜਵਾਨ ਨੇ ਪਿੰਡ ਦੀ ਹੀ 3 ਬੱਚਿਆਂ ਦੀ ਮਾਂ ਨਾਲ ਜਬਰ ਨਾ ਕਰਨ ਉਪਰੰਤ ਉਸਦੀ ਮਾਰਕੁੱਟ ਕਰਦਿਆਂ ਉਸਨੂੰ ਨਸ਼ੇ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਗਰੀਬ ਔਰਤ ਪਿੰਡ ਤੋਂ ਬਾਹਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਸਫਾਈਆਂ ਅਤੇ ਬਰਤਨ ਮਾਂਜਣ ਦਾ ਕੰਮ ਕਰਦੀ ਹੈ। ਜਦੋਂ ਉਹ ਲੋਕਾਂ ਦੇ ਘਰ ਦਾ ਕੰਮ ਕਰਕੇ ਆਪਣੇ ਪਿੰਡ ਵਾਪਸ ਆ ਰਹੀ ਸੀ ਤਾਂ ਉਸਦੇ ਹੀ ਪਿੰਡ ਦੇ ਇੱਕ ਨੌਜਵਾਨ ਨੇ ਉਸਨੂੰ ਇਹ ਕਹਿ ਕੇ ਆਪਣੇ ਨਾਲ ਬਿਠਾ ਲਿਆ ਕਿ ਉਹ ਉਸਨੂੰ ਘਰ ਤੱਕ ਛੱਡ ਦੇਵੇਗਾ। ਪਰ ਉਹ ਔਰਤ ਨੂੰ ਨਹਿਰ ਨਜ਼ਦੀਕ ਇੱਕ ਸੁਨਸਾਨ ਜਗ੍ਹਾ 'ਤੇ ਲੈ ਗਿਆ। ਔਰਤ ਦੇ ਦੱਸੇ ਮੁਤਾਬਕ ਨਸ਼ੇ ਦੀ ਲੋਰ ਵਿੱਚ ਨੌਜਵਾਨ ਨੇ ਉਸ ਨਾਲ ਜਬਰਨਾ ਅਤੇ ਮਾਰਕੁੱਟ ਹੀ ਨਹੀਂ ਕੀਤੀ ਬਲਕਿ ਨਸ਼ੇ ਦਾ ਟੀਕਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ। ਉਹਨੇ ਮੈਨੂੰ ਬਾਹਰ ਲਿਆ ਮੋਟਰਸਾਈਕਲ 'ਤੇ ਅਤੇ ਉਹ ਕਹਿੰਦਾ ਬਹਿ ਜਾਓ ਭਾਬੀ ਮੋਟਰਸਾਈਕਲ 'ਤੇ, ਮੈਂ ਬਹਿ ਗਈ ਪਿੰਡ ਦਾ ਵੜ ਕੇ ਅਤੇ ਉਹ ਮੇਰੇ ਪਿੰਡ ਦਾ ਕਰਕੇ ਮੈਂ ਬਹਿ ਗਈ ਅਤੇ ਮੇਰੇ ਉਹਨੇ ਉੱਧਰ ਨੂੰ ਲੈ ਗਿਆ ਬੁੱਟਾ ਰੋਡ 'ਤੇ ਅਤੇ ਮੇਰੇ ਉਹ ਕਹਿੰਦਾ ਵੀ ਇਹ ਮੇਰੇ ਹਫ਼ਤਾ ਕੀਤੀਆਂ ਗੰਦੀਆਂ ਮੇਰੇ ਨਾਲ ਉੱਧਰ ਨੂੰ ਬੁੱਟਾ ਰੋਡ 'ਤੇ ਉੱਥੇ ਨਹਿਰ 'ਚ ਉੱਥੇ ਤਾਂ ਕਮਾਦ ਦੇ ਵਿੱਚ ਅਤੇ ਮੇਰੇ ਕਹਿੰਦਾ ਟੀਕਾ ਲਾਉਣਾ ਮੈਂ ਟੀਕਾ ਨਹੀਂ ਮੈਂ ਟੀਕਾ ਮਾਰ ਡਿਆ ਵੀ ਹਫ਼ਤਾ ਕਰੀ ਜਾਵੇ ਗੰਦੀਆਂ ਮੰਦੀਆਂ ਮੇਰੇ ਕਦੀ ਕੋ ਕਰਦਾ ਏ ਕਦੀ ਕੋ ਚਪੇੜਾ ਮਾਰਦਾ ਏ ਕਦੀ ਕੋ ਕਰਦਾ ਏ ਅਤੇ ਮੁੜਕੇ ਕਹਿੰਦਾ ਤੂੰ ਮਾਰ ਕੇ ਸੁੱਟ ਕੇ ਜਾਣਾ ਅੱਜ ਮੈਂ ਬੋਸ ਹੋ ਗਈ ਮੁੜਕੇ ਅਤੇ ਬੋਸ ਤੋਂ ਬਾਅਦ 'ਚ ਜਦੋਂ ਮੈਂ ਘਰ ਆਈ ਬੋਸ ਹੋ ਕੇ ਤਾਂ ਮੁੜਕੇ ਜੋਸ ਆਈ ਅਤੇ ਫਿਰ ਮੈਂ ਘਰ ਆ ਗਈ। ਹਾਂਜੀ ਕਿਹਨੂੰ ਆ ਕੇ ਦੱਸਿਆ? ਮੁੜਕੇ ਦਰਾਣੀ ਨੂੰ ਦੱਸਿਆ, ਫਿਰ ਦਰਾਣੀ ਮੇਰੀ ਬੰਦੇ ਉਹਨੇ ਫਿਰ ਪੰਚ ਨੂੰ ਦੱਸਿਆ। ਕੀ ਮੰਗ ਕਰਦੀ ਹੈ ਇਹੋ ਜਿਹੇ ਬੰਦੇ ਵਾਸਤੇ? ਸਦਾ ਦਿੱਤੀ ਜਾਵੇ ਉਹਨੂੰ। ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਵਹਿਸ਼ਿਆਨਾ ਕਾਰਵਾਈ ਨਸ਼ੇ ਦੀ ਬਦੌਲਤ ਹੈ, ਕਿਉਂਕਿ ਜਿਸ ਨੇ ਇਹ ਹਰਕਤ ਕੀਤੀ ਹੈ ਉਹ ਨੌਜਵਾਨ ਨਸ਼ੇ ਦਾ ਆਦੀ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸਨ ਕਿ 8 ਦਿਨਾਂ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ, ਲੇਕਿਨ 8 ਮਹੀਨੇ ਬੀਤਣ 'ਤੇ ਵੀ ਨਸ਼ਾ ਖਤਮ ਨਹੀਂ ਹੋਇਆ। ਉਹਨਾਂ ਮੰਗ ਕੀਤੀ ਕਿ ਦੋਸ਼ੀ ਨੌਜਵਾਨ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਾਡੇ ਪਿੰਡ ਦੀ ਇੱਕ ਬਹੂ ਬੇਟੀ ਆਪਣੇ ਸ਼ਹਿਰ ਕਾਦੀਆਂ ਤੋਂ ਕੰਮ ਕਰਕੇ ਆ ਰਹੀ ਸੀ, ਸੋ ਇੱਕ ਸਾਡੇ ਪਿੰਡ ਦਾ ਹੀ ਲੜਕਾ ਉਹਨੂੰ ਹੈਲਪ ਦੇਣ ਵਾਸਤੇ ਖਲੋ ਗਿਆ, ਕਹਿੰਦਾ ਵੀ ਸਾ ਚੱਲ ਭਾਬੀ ਚੱਲੀਏ। ਖੈਰ ਉਹਨੇ ਵੀ ਸੋਚਿਆ ਕਿ ਪਿੰਡ ਦਾ ਇਹਦੇ ਨਾਲ ਮੈਂ ਚੱਲ ਪੈਂਦੀ ਹਾਂ। ਇਹਨੇ ਉਲਟ ਰਸਤੇ ਪਾ ਕੇ ਬੁਟਰਾਂ ਥਾਣੀ ਲੈ ਕੇ ਠੱਕਰ ਸੰਧੂ ਨੂੰ ਲੈ ਗਿਆ, ਉੱਥੇ ਜਾ ਕੇ ਇਹਦੇ ਨਾਲ ਮਾੜੀ ਹਰਕਤ ਕੀਤੀ, ਮਾੜਾ ਕਰਮ ਕੀਤਾ। ਸੋ ਵਿਚਾਰੀ ਪਹਿਲੇ ਵੀ ਉਹਦੀਆਂ ਲੱਤਾਂ ਕਮਜ਼ੋਰ ਨੇ। ਸੋ ਅਸੀਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਇਨਸਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਸੋ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਕਹਿੰਦੇ ਅਸੀਂ ਨਸ਼ਾ ਬੰਦ ਕਰਾਂਗੇ 8 ਦਿਨਾਂ 'ਚ, 8 ਦਿਨਾਂ ਦੀ ਬਜਾਏ 8 ਮਹੀਨੇ ਹੋ ਚੱਲੇ ਆ, ਅੱਜ ਤੱਕ ਨਸ਼ੇ ਦਾ ਦਰਿਆ ਪਿੰਡ ਤਤਲਿਆਂ ਚੱਲਣ ਡਿਆ, ਕੋਈ ਬਦਲਾਅ ਨਹੀਂ ਆਇਆ। ਸੋ ਅਸੀਂ ਮੰਗ ਕਰਦੇ ਹਾਂ ਵੀ ਇਹੋ ਜਿਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਸੋ ਨਸ਼ਿਆਂ ਦੇ 3 ਬੱਚਿਆਂ ਦੀ ਮਾਂ ਆ ਇਹ, ਸੋ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ, ਜ਼ੁਲਮ ਕੀਤਾ ਵਾ, ਸੋ ਇਹਨੂੰ ਸਜ਼ਾ ਮਿਲਣੀ ਚਾਹੀਦੀ। ਉੱਧਰ ਜਦੋਂ ਸਾਰੇ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੀੜਿਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਹਰਜੀਤ ਕੌਰ ਬੇਟੀ ਆ, ਹਰਜੀਤ ਕੌਰ ਵਾਈਫ ਆ ਸਤਨਾਮ ਸਿੰਘ ਵਾਸੀ ਤਤਲੇ ਨੇ ਦਰਖਾਸਤ ਦਿੱਤੀ ਆ ਕਿ ਮੇਰੇ ਨਾਲ ਇੱਦਾਂ ਪਿੰਡ ਦਾ ਹੀ ਮਨਦੀਪ ਸਿੰਘ ਪੁੱਤਰ ਅਜੀਤ ਸਿੰਘ ਨੇ ਮੈਨੂੰ ਮੋਟਰਸਾਈਕਲ 'ਤੇ ਬਿਠਾ ਕੇ ਨਹਿਰ ਦੇ ਕੰਢੇ 'ਤੇ ਲਿਜਾ ਕੇ ਮੇਰੇ ਨਾਲ ਮਾੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ। ਜੋ ਇਹ ਲੇਡੀਜ ਮਸਲਾ ਹੋਣ ਕਰਕੇ ਬਟਾਲੇ ਤੋਂ ਲੇਡੀਜ ਐਨ ਜੀ ਓ ਨੂੰ ਬੁਲਾਇਆ ਗਿਆ ਵਾ, ਉਹਨਾਂ ਦੇ ਇੱਥੇ ਆਉਣ 'ਤੇ ਹੁਣ ਇਹਨਾਂ ਦਾ ਕੇਸ ਰਜਿਸਟਰ ਕੀਤਾ ਜਾਊਗਾ, ਜੋ ਵੀ ਇਹ ਬਿਆਨ ਦਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਲੇਡੀ ਦੇ ਬਿਆਨ 'ਤੇ ਕਿਹਾ ਗਿਆ ਕਿ ਬੰਦੇ ਨੇ ਨਸ਼ਾ ਕੀਤਾ ਸੀ, ਨਸ਼ੇ ਦੇ ਵਿੱਚ ਕੋਈ ਟੀਕੇ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਇਹਦੇ ਬਾਰੇ ਇਹ ਗੜੀ ਤਫਤੀਸ਼ ਦਾ ਹਿੱਸਾ ਆ। ਮੁਕੱਦਮਾ ਦਰਜ ਹੋਣ ਤੋਂ ਬਾਅਦ ਇਹ ਇਹਦੇ ਬਾਰੇ ਵੀ ਜੋ ਵੀ ਕਾਰਵਾਈ ਬਣੇਗੀ ਉਹ ਕੀਤੀ ਜਾਏਗੀ। ਮੁੰਡੇ ਦਾ ਅਰੈਸਟ ਹੋਈ ਹੈ? ਮੁੰਡਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਹਦੀ ਅਰੈਸਟ ਕੀਤੀ ਜਾਊਗੀ।